ਭਾਜੀ ਮੇਰਾ ਨਾਮ ਡਾਕਟਰ ਪ੍ਰੇਮ ਭਾਰਦਵਾਜ, ਮੈਂ ਇੱਥੇ ਆਦਮਵਾਲ ਤੋਂ ਰਹਿਣ ਵਾਲਾ ਹਾਂ। ਸਵੇਰੇ ਕਰੀਬ 11 ਕੁ ਵਜੇ ਦੀ ਗੱਲ ਹੈ, ਬਹੁਤ ਜ਼ੋਰ ਨਾਲ ਖੜਾਕਾ ਹੋਇਆ ਜਦ ਅਸੀਂ ਭੱਜ ਕੇ ਬਾਹਰ ਗਏ ਅਤੇ ਮੁੰਡਾ ਮੋਟਰਸਾਈਕਲ ਤੋਂ ਡਿੱਗਿਆ ਪਿਆ ਸੀਗਾ। ਅਤੇ ਅਸੀਂ ਸਾਡੇ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਜਿਹੜੀ ਕਿ ਮਤਲਬ ਚਿੰਤਪੁਰਨੀ ਰੋਡ ਵੱਲ ਤਰਫ ਜਾ ਰਹੀ ਸੀ ਹੁਸ਼ਿਆਰਪੁਰ ਤੋਂ, ਇਹ ਮੁੰਡਾ ਵੀ ਚਿੰਤਪੁਰਨੀ ਵੱਲ ਨੂੰ ਜਾ ਰਿਹਾ ਸੀਗਾ ਅਤੇ ਇਹਦੀ ਸਾਈਡ ਵੱਜੀ ਆ, ਸ਼ਾਇਦ ਮੁੰਡੇ ਦੇ ਸਿਰ ਦੇ ਉੱਪਰ ਦੀ ਟਾਇਰ ਲੰਘ ਗਿਆ ਅਤੇ ਉਹਦੀ ਮੌਕੇ 'ਤੇ ਮੁੰਡੇ ਦਾ ਪਤਾ ਲੱਗਾ ਜੀ। ਇਹ ਬੂਰੇ ਜੱਟਾਂ ਦਾ, ਇਹਦਾ ਨਾਂ ਕਰਮਵੀਰ ਸਿੰਘ, ਫਾਦਰ ਦਾ ਨੇਮ ਸਿਮਰਜੀਤ ਸਿੰਘ। ਇਹ ਨਹੀਂ ਪਤਾ ਲੱਗਾ ਜੀ, ਦਰਅਸਲ ਸਾਨੂੰ ਇਹ ਪਤਾ ਲੱਗਾ ਇਹਦਾ ਚਾਚਾ ਇੱਥੇ ਕੰਮ ਕਰਦਾ, ਉਹ ਆਦਮਵਾਲ 'ਚ ਰਹਿੰਦਾ। ਤਕਰੀਬਨ 1.5 ਘੰਟੇ ਤੋਂ ਐਕਸੀਡੈਂਟ ਹੋ ਚੁੱਕਾ ਸੀਗਾ ਜੀ, ਅਤੇ ਰੋਡ ਵੀ ਤੁਹਾਨੂੰ ਪਤਾ ਛੋਟਾ ਆ ਅਤੇ ਪੁਲਿਸ ਨਾ ਆਉਣ ਕਰਕੇ ਲੋਕਾਂ ਨੇ ਰੋਸ ਦੇ ਵਿੱਚ ਜਾਮ ਲਗਾ ਦਿੱਤਾ। ਕਰੀਬ 1.5 ਘੰਟਾ ਹੋ ਗਿਆ ਜੀ। ਭਾਈ ਟਾਟਾ